ਜਿੱਕੀ ਬਣਾਉਣਾ ਤੁਹਾਨੂੰ ਦੱਸ ਬੱਲੀ ਹੈ ਦੱਸ ਪੰਜਾਬੀਆਂ ਦੇ ਹੁੰਦਾ ਨੀ ਸੀ ਉਹ ਕਹਿੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੰਨੀ ਐਕਸਰਸਾਈਜ਼ ਇੰਨੀ ਡਾਇਟ ਸ਼ਾਮ ਨੂੰ ਦਸ ਪਰੌਂਠੇ ਇਕੱਠਾ ਹੀ ਕਹਿੰਦਾ ਡਾਇਟ ਹੋ ਗਈ ਸ਼ਾਮ ਨੂੰ ਨਾ ਖਾਓ ਦਿਨੇ ਖਾ ਲਓ ਚਾਹੇ ਮੇਰੇ ਹਿਸਾਬ ਨਾਲ ਆ ਮੇਰੀ ਫੇਵਰਿਟ ਚਾਹ ਉਹ ਘੋਲ ਬਣਾਇਆ ਹੋਇਆ ਆ ਪਰ ਜੇ ਕਿਊਰੀਓਸਿਟੀ ਪੱਖੋਂ ਦੇਖਣਾ ਆ ਕਿਉਂਕਿ ਇਹ ਬੱਚਿਆਂ ਦੇ ਨੇ ਇਸ ਕਰਕੇ ਘੋਲ ਦੇ ਵਿੱਚ ਪਾਲਕ ਵੀ ਪਾਈ ਹੈ ਤਾਂ ਕਿ ਥੋੜੀ ਜਿਹੀ ਹਲਦੀ ਰਹੇ ਬੱਚਿਆਂ ਦੀ ਪਾਲਕ ਆਲਰਾਈਟ ਸੇ ਆ ਦੇਖੇ ਚਾਹ ਪੀ ਲਈ ਕੋੜੇ ਕੋੜੇ ਚਾਹ ਪੋਂਦੇ ਮੇਰੇ ਨਰਵਸ ਨਾ ਕਰੇ ਕਰੋ ਕਿਤੇ ਕਿਤੇ ਚਾਹ ਗਿਰਦੀ ਆ ਪੋਂਦੇ ਮੇਰੀ ਤਾਂ ਪਹਿਲਾਂ ਬਹੁਤ ਗਿਰਦੀ ਸੀ ਤੇਰਾ ਟੈਸਟ ਆ ਇਹ ਨਾ ਵਧੀਆ ਭਾਈ ਆ ਸ਼ਾਬਾਸ਼ ਬੱਚ ਗਈ ਪਿੱਛੇ ਦੋ ਦੋ ਕੁ ਤੁੱਪ ਕੇ ਗਏ ਉਧਰ ਬੱਚੇ ਕਾਮਰ ਵਾਲੀ ਪੁਆਇੰਟ ਸਾਨੂੰ ਦਿਖਾਉਣੇ ਆ ਬਸ ਆਹ ਕੀ ਕਹਿੰਦੇ ਇਹਨਾਂ ਨੂੰ ਰੁਟੀਨ ਵਲੌਗ ਭਾਈ ਰੁਟੀਨ ਹਾਂ ਸੰਡੇ ਜਾਂ ਮਤਲਬ ਦਿਨ ਦਾ ਜੈਸੇ ਹੈ ਪੈਸੇ ਵਲੌਗ ਜਿਸ ਦਾ ਹੈਗਾ ਆ ਹਾਂਜੀ ਇਹ ਪਾਤੀ ਚਾਹ ਹਾਂਜੀ ਵਾਹ ਇਹਦੇ ਵਿੱਚੋਂ ਹੁਣ ਦੋ ਹੋਣਗੀਆਂ ਬਿਨਾਂ ਮਿੱਠੇ ਵਾਲੀਆਂ ਦੋ ਹੋਣਗੀਆਂ ਮਿੱਠੇ ਵਾਲੀਆਂ ਆਲਰਾਈਟ ਭੱਜ ਕੇ ਭੱਜ ਤੇਰੇ ਨਾਲ ਕੌਣ ਗਿਆ ਸੀ ਰਨ ਤੇ ਮੇਰੇ ਨਾਲ ਦਿਲ ਗਿਆ ਸੀਗਾ ਮੇਰਾ ਪਾਰਟਨਰ ਰਨਿੰਗ ਪਾਰਟਨਰ ਦੇਖ ਲਓ ਮੇਰੇ ਨਾਲ ਉਹਨੇ ਚਾਰ ਜਿਹੜੇ ਕੱਢ ਲਏ ਹਾਂ ਮੀ ਮਤਲਬ ਪੂਰਾ ਨਹੀਂ ਪੈਂਦਾ ਸੀ ਥੋੜੇ ਥੋੜੇ ਬੁੰਦਾ ਬਾਂਦੀ ਜੀ ਹੁੰਦੀ ਸੀਗੀ ਪਰ ਵਧੀਆ ਲੱਗਦਾ ਸੀਗਾ ਕਿਉਂਕਿ ਗਰਮੀ ਜੀ ਵੀ ਆ ਤੇ ਅੱਜ ਦੀ ਤਾਜ਼ਾ ਖਬਰ ਤੁਹਾਨੂੰ ਇੱਕ ਹੋਰ ਦਿਖਾਉਣੀ ਆ ਟੈਨ ਤੇ ਦੂਜੀ ਨਿਊਜ਼ ਅੱਜ ਦੀ ਤਾਜ਼ਾ ਖਬਰ ਹੈਗੀ ਆ ਵੀ ਇਹ ਬੰਦੇ ਦੇ ਨੌ ਏਡੇ ਏਡੇ ਹੋ ਗਏ ਸਾਰਿਆਂ ਦੇ ਨੌ ਮਾਰ ਰਹੇ ਇੱਥੇ ਇੱਕੋ ਇਹ ਵੇਟ ਕਰ ਰਹੇ ਹੋ ਤੁਸੀਂ ਪਕੌੜਿਆਂ ਦੀ Yes. Okay. Oh, oh, no. Oh, oh, oh. Hey, unicorn. Oh, yeah. Hey, unicorn. Unicorn. Nazari. Ah, take the unicorn, na, bhai. Take the. 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 ਤੇ ਇੱਕ ਦਾ ਭਾਈ ਘਟਨਾ ਵਾਪਰ ਗਈ ਸਾਡੇ ਰਾਤ ਫਿਸ਼ ਟੈਂਕ ਦੇ ਵਿੱਚ ਟ੍ਰੈਜੇਡੀ ਓ ਮਾਈ ਗॉड ਤੇਗ ਦੱਸ ਕਿਵੇਂ ਨਿਊਜ਼ ਦੱਸਦੇ ਆ ਪੇਸ਼ ਨੇ ਅੱਜ ਦੀਆਂ ਖਬਰਾਂ ਤੇਗ ਉੱਠ ਕੇ ਰੋਈ ਤੇਗ ਉੱਠ ਕੇ ਰੋਈ ਤੇਗ ਫਿਰ ਜੀਣਾ ਮਰਨਾ ਤੇ ਲਾਈਫ ਇਟਸ ਪਾਰਟ ਆਫ ਲਾਈਫ ਹੈ ਨਾ ਇਹ ਵਿਚਾਰੀ ਗਈ ਇਹਦਾ ਨਾਮ ਕੀ ਸੀਗਾ ਗੋਲਡੀ ਗੋਲਡੀ ਹਾਂ ਬਟ ਵੀ ਆਰ ਗੈਟਿੰਗ ਅ ਨਿਊ ਫਿਸ਼ ਮਾ ਭਾਈ ਪ੍ਰੋਮਿਸ ਹੋ ਗਿਆ ਵੀ ਨਿਊ ਫਿਸ਼ ਹੈ ਨਾ ਤੇ ਘਰ ਦੇ ਵਿੱਚ ਹਲੇ ਸਵੇਰੇ ਸਵੇਰੇ ਸਫਾਈ ਹੈਗੀ ਆ ਜਿੱਦੋਂ ਪਹਿਲਾਂ ਤੁਸੀਂ ਕਹੋ ਸਮਾਨ ਬਸ ਬੱਚਿਆਂ ਦੇ ਖੇਡਣ ਵਾਲਾ ਪਿਆ ਉਧਰ ਸਬਜ਼ੀ ਪਈ ਆ ਹਾਂਜੀ ਹੈ ਕੀ ਹੋ ਗਿਆ ਉਹ ਕਹਿੰਦਾ ਮੈਨੂੰ ਦੇ ਫੜਾ ਦੇ ਉਹਨੂੰ ਦਿਲ ਫੜਾ ਤਾ ਖਾ ਲਿਆ ਲਓ ਜੀ ਇੱਕ ਹੋਰ ਡਿਵੈਲਪਮੈਂਟ ਆਪਾਂ ਸ਼ੂਟ ਕਰ ਰਹੇ ਜੀ ਅੰਦਰ ਵਹੀ ਤੇ ਹੁਣ ਆਪਣੇ ਬਾਹਰੋਂ ਭੈਜੀ ਆਏ ਇੱਕ ਉਹ ਕਹਿੰਦੇ ਵੀ ਅਸੀਂ ਲੰਗਰ ਲਾਇਆ ਬਾਹਰ ਆਪਣੀ ਪੰਜਾਬੀ ਕਮਿਊਨਿਟੀ ਨੇ ਜਿੱਥੇ ਅਸੀਂ ਰਹਿੰਦੇ ਹਾਂ ਨਾ ਅਤੇ ਵੀ ਤੁਸੀਂ ਆਓ ਭਾਅ ਜੀ ਚਾਹ ਪਾਣੀ ਛਕੋ ਅਤੇ ਗੁਰੂ ਤੇਗ ਬਹਾਦਰ ਜੀ ਕਰਕੇ ਸੋ ਹੁਣ ਅਸੀਂ ਫਟਾਫਟ ਤਿਆਰ ਹੋ ਕੇ ਪਹਿਲਾਂ ਆਪਣੇ ਪਕੌੜੇ ਖਾ ਲਈਏ ਫਿਰ ਥੋੜ੍ਹੇ ਜਿਹੇ ਹੋਰ ਕੱਢ ਕੇ ਪਕੌੜੇ ਨਾਲ ਲੈ ਕੇ ਜਾਂਦੇ ਹਾਂ ਚਲੋ ਜੀ ਮਿਲਦੇ ਹਾਂ ਅੱਜ ਜੀ ਹਾਂਜੀ ਇਹ ਹੁਣ ਚਿਪਸ ਖਾ ਰਿਹਾ ਦਿਲ ਤੈਨੂੰ ਤੰਗ ਕਰਦਾ ਤੇਰਾ ਵੀਰਾ ਓ ਦੇਖੀ ਕਿਵੇਂ ਦੇਖਦਾ ਹੁਣ ਓ ਹਾਂ ਪੰਗੇ ਓ ਟੋਇਸ ਗਿਰ ਗਏ ਇਹ ਫੜਾ ਦੇ ਫੜਾ ਡੱਬਾ ਦੇਖ ਤਾਂ ਕੀ ਲੁੱਕ ਨਾ ਦੇ ਇੱਕ ਮਿੰਟ ਤੇ ਕੀ ਦੇਖ ਕੀ ਕਰਦਾ ਇਹ ਇਹ ਨਾ ਕਰਿਆ ਕਰ ਤੂੰ ਬੰਦਾ ਮੰਜਾ ਤੂੰ ਖਾ ਅੱਜ ਦਾ ਵਾਕਰ ਕੱਢਣਾ ਇਹਦਾ ਵਾਕਰ ਕੱਢਣਾ ਹੁਣ ਵਾਕ ਕਰਨ ਲੱਗ ਜੂਗਾ ਲੁੱਕ ਦੇ ਤੇ ਯੂ ਤੂੰ ਹੱਥ ਖੜਾ ਕਰਦਾ ਜਿਵੇਂ ਸਕੂਲ ਤੂੰ ਕਲਾਸ ਵਿੱਚ ਇਦਾਂ ਕਰਦਾ ਨਾ ਦਿਲ ਯੈਸ ਹਾਂ ਯੂ ਕੈਨ ਡੂ ਦੈਟ ਆਈ ਏਮ ਇਨ ਯੀਅਰ 3 ਆ ਦੇ ਹਾ ਦੇ ਕੋਲ ਆ ਦੇ ਮਿੰਟ ਜੀ ਤਿਆਰ ਹੋ ਗਿਆ ਨਾ Yes, wait. ਆਪੇ ਸ਼ੂ ਪਾਲਦਾ ਇਹ ਸ਼ੁਰੂ ਤੋਂ ਹੀ ਆਪੇ ਸ਼ੂ ਪਾਲਦਾ ਸਾਡਾ ਪੁੱਤ ਸਾਉ ਪੁੱਤ ਹੈ ਦਿਖਾਦਾ ਜੀਨ ਫਿਰ ਫਟਾਫਟ ਫਸ ਗਿਆ ਸ਼ੂ ਫਸ ਗਿਆ Yes. ਮੈਂ ਠੀਕ ਕਰਾਂ ਕੀ ਕਰ ਲੇਗਾ ਇਹ ਇਹ ਆਪੇ ਭਾਈ ਆਪਣੇ ਭਾਂਡੇ ਚੱਕਦਾ ਆਪੇ ਕੱਪੜੇ ਪਾਉਂਦਾ ਮੁੰਡਾ ਸਾਡਾ ਸ਼ੁਰੂ ਤੋਂ ਸਹੀ ਹੈ ਆਪੇ ਸ਼ੂ ਪਾਉਂਦਾ ਆਪੇ ਜ਼ੋਰ ਲਾਇਆ ਦੇ ਲਾ ਦਿਲਾ ਲਵ ਯੂ ਵੇ ਆਫ ਟੂ ਗੈਟ ਇਟ ਆਫ ਅਗੇਨ ਐਂਡ ਦੈਨ ਗੈਟ ਇਟ ਅੱਛਾ ਪ੍ਰੋਪਰ ਸਹੀ ਕਰਕੇ ਫਿਰ ਹੁਣ ਚਲੋ ਪਾ ਲਓ ਤੇ ਪਾ ਫਿਰ ਫਟਾਫਟ ਪਾ ਦਿਖਾ ਫਿਰ ਕਿੱਦਾਂ ਲੱਗਦਾ ਦੇਖੀਏ ਸੋਹਣਾ ਲੱਗਦਾ ਨਹੀਂ ਉਦਾਂ ਹੀ ਮੈਡਮ ਨੇ
ਪਕੌੜੇ ਖਾ ਕੇ ਚਾਹ ਪਾ ਕੇ ਉੱਤੇ ਚੁੰਨੀ ਲੈ ਲਈ ਤੇ ਕਿੱਥੇ ਆ ਨਦਰ ਨੂੰ ਨੀ ਲੈ ਕੇ ਜਾਣਾ ਨਦਰ ਨੂੰ ਨੀ ਲੈ ਕੇ ਜਾਣਾ ਤੇ ਮੈਂ ਵੀ ਦਿਖਾਵਾਂ ਆਪਣਾ ਮਿੰਟਾਂ ਚ ਤਿਆਰ ਹੋ ਗਿਆ ਆਪਾਂ ਦੋ ਮਿੰਟਾਂ ਚ ਚਾਹ ਨਾਲ ਦੀ ਨਾਲ ਇੱਕ ਪਕੌੜਾ ਤੇ ਹੁਣ ਆਪਾਂ ਉੱਥੇ ਵੀ ਹਾਜ਼ਰੀ ਲਵਾਈਏ ਬੜੇ ਪਿਆਰ ਨਾਲ ਬੁਲਾਉਣਾ ਆਈ ਸੀ ਬੈਲ ਸੋਈ ਸੋਣੀ ਹੋਣੀ ਹੈ ਨਾ ਹਾਂਜੀ ਸੋ ਮੈਂ ਵੀ ਪਰਨਾ ਪੱਕ ਪੰਨੀ ਤੇ ਕੀ ਆ ਵੀ ਚੱਲੀਏ ਤੇ ਵੈਸੇ ਵੀ ਮੈਂ ਤਾਂ ਜਿਵੇਂ ਆਲੇ ਤਾਂ ਆਪਣਾ ਲੰਗਰ ਸ਼ੁਰੂ ਕਰ ਲਿਆ ਕੀ ਮਿਲਿਆ ਦਿਲ ਜੂਸ ਜੂਸ ਸਾਡੇ ਕਹਿੰਦੇ ਵੀ ਆ ਜਿਹੜੇ ਆਪਣੇ ਅੰਕਲ ਉਹਨਾਂ ਨੇ ਲਾਇਆ ਲੰਗਰ ਬਜ਼ੁਰਗ ਨੇ ਜਿਹੜੇ ਤੇ ਉਹਨਾਂ ਨੇ ਸਾਰੇ ਜਿਵੇਂ ਦੂਜੀ ਕਮਿਊਨਿਟੀ ਆਪਣੇ ਸਾਰੇ ਇੱਥੇ ਆਉਂਦੇ ਨੇ ਗੋਰੇ ਇੱਧਰ ਗੁਜਰਾਤੀ ਆਂਟੀਆਂ ਸਾਰੀਆਂ ਜਿੰਨੇ ਵੀ ਪਾਰਕ ਦੇ ਵਿੱਚ ਆਉਣਗੇ ਉਹ ਪ੍ਰੋਪਰ ਉਹ ਦੇਖੋ ਉਹ ਵੱਡਾ ਡੋਂਗਾ ਸਬਜ਼ੀ ਦਾ ਘਰੇ ਬਣਾ ਕੇ ਲਾਇਆ ਅੰਕਲ ਹੋਣੀ ਅਤੇ ਲੰਗਰ ਦੀ ਸੇਵਾ ਚੱਲ ਰਹੀ ਹੈ ਬਹੁਤ ਵਧੀਆ ਸ਼ਾਬਾਸ਼ ਸਾਡੇ ਨਾਲ ਤਾਂ ਅੰਕਲ ਹੋਣੀ ਵਧੀਆ ਨਿਕਲੇ ਨਿਕਲ ਆ ਕੇ ਖਾਣ ਲੱਗ ਗਈ ਚਲੋ ਜੀ ਚਾਹ ਪਾ ਦਿੰਦੇ ਚਾਹ ਪੀ ਚਾਹ ਦਾ ਦੂਜਾ ਕੱਪ ਠੀਕ ਹੈ ਚਾਹ ਪੀਣੀ ਹੈ ਥੈਂਕ ਯੂ ਜੀ ਚਾਹ ਕੀ ਬਣਾਇਆ ਵੀਰੇ ਛੋਲੇ ਇਹੀ ਆ ਖੀਰ ਖੀਰ ਪੂਰੀਆਂ ਕਿਆ ਬਾਤ ਹੈ ਚਲੋ ਜੀ ਬਾਬੇ ਦਾ ਨਾਂ ਲੈ ਕੇ ਚੱਕ ਦੋ ਫੱਟੇ ਉੱਧਰ ਆਂਟੀਆਂ ਸਾਰੇ ਬੈਠੇ ਖਾਂਦੇ ਬੜਾ ਵਧੀਆ ਨਾ ਇਟਸ ਗੁੱਡ ਕਮਿਊਨਿਟੀ ਸਪਿਰਿਟ ਪੂਆ ਛੋਲੇ ਪੂਰੀਆਂ ਹਾਂ ਖਾ ਲਾ ਫਿਰ ਦਿਲ ਕਿੱਦਾਂ ਆ ਵੀ ਟੇਸਟ ਦੱਸ ਪੰਜਾਬੀਆ ਇੱਧਰ ਥਾਪੀ ਹੋ ਜਾਵੇ ਫਿਰ ਸਵਾਦ ਆ ਇਹ ਚੱਜ ਨਾ ਥਾਪੀ ਮਾਰ ਬਾਬੇ ਦਾ ਲੰਗਰ ਸਵਾਦ ਹੈ ਨਾ ਹਮੇਸ਼ਾ ਮੇਰੀ ਚਾਹ ਬੜੀ ਸਵਾਦ ਯਾਰ ਸੀਰੀਅਸਲੀ ਆ ਦੇ ਆ ਜਿਹੜੀ ਲੇਅਰ ਜੀ ਲੱਗੀ ਹੋਈ ਵੈਰੀ ਨਾਈਸ ਜਿਹੜੀ ਆਪਾਂ ਚਾਹ ਪੀ ਕੇ ਆਇਆ ਘਰੇ ਉਹਨਾਂ ਨਾਲੋਂ 10 ਗੁਣਾ ਵਧੀਆ ਹੈ ਹਾਂ ਹਾਂਜੀ ਹੋਣੀ ਕਹਿੰਦੇ ਭੈਣ ਜੀ ਕਹਿੰਦੇ ਵੀ ਚਾਹ ਦੱਸੋ ਭਾਜੀ ਵਲੌਗ 'ਚ ਕਿੱਦਾਂ ਲੱਗੀ ਬਹੁਤ ਵਧੀਆ ਲੱਗੀ ਵੀ ਦੱਸੋ ਅਤੇ ਉਹ ਭੈਣ ਜੀ ਉਹਨਾਂ ਦਾ ਪਰਿਵਾਰ ਆ ਸਾਰਿਆਂ ਦਾ ਜਿਨ੍ਹਾਂ ਨੇ ਔਰਗਨਾਈਜ਼ ਕੀਤਾ ਬਹੁਤ ਵਧੀਆ ਉਪਰਾਲਾ ਸੋ ਥੋੜ੍ਹਾ ਥੋੜ੍ਹਾ ਸ਼ੂਟ ਕਰ ਰਿਹਾ ਚਾਹ ਇੰਨੀ ਕੁ ਸਵਾਦ ਆ ਨਾ ਜਿਵੇਂ ਲੰਗਰ ਵਾਲੀ ਹੁੰਦੀ ਆ ਪ੍ਰੋਪਰ ਨਜ਼ਾਰਾ ਆ ਗਿਆ ਛੜਾਕਾ ਮਾਰ ਕੇ ਦਿਖਾਉਣਾ ਹੀ ਰਹਿ ਗਿਆ ਮੱਖੀ ਨਹੀਂ ਛੱਡਦੀ ਖੜਾ ਮੇਰਾ ਨਜ਼ਾਰਾ ਬਹੁਤ ਮਿੱਠੀ ਚਾਹ ਯਾਰ ਵਾਟਰ ਵਾਟਰ ਚਾਹ ਦੇ ਚੱਲ ਲੱਗਿਆ ਚੱਲ ਕਰ ਮੇਰੀ ਵਾਰੀ ਹੁਣ ਮੇਰੀ ਵਾਰੀ ਰੈਡੀ ਨੋ ਨੋ ਆ ਗਰ ਓ 1 ਆ ਗਾ 5 ਟਰਨਸ ਪੰਜ ਵਾਰੀਆਂ ਆਓ 1 2 ਓ 3 ਓ ਸੋ ਵੀ ਆ 1 1 ਈਵਨ ਹਾਂ ਓ ਦਿਲ ਜਿੱਤੀ ਗਿਆ ਦਿਲ ਜਿੱਤੀ ਗਿਆ ਚੱਲ ਓਏ ক্লোਜ਼ ਚੱਲ ਅਦਰ ਸਿਰ ਤੇ ਗਿਆ ਪਾਣੀ ਪਾ ਖਾਲੀ ਕਰਨ ਚਲਾ ਓ ਵਨ ਮੋਰ ਟਾਈਮ ਚੱਲ ਵੀ ਰੈਡੀ ਆ ਨਾ ਨਾ ਚੱਲ 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 ਟ੍ਰਾਈ ਇੱਕ ਹੋਰ ਨਹੀਂ ਹੁਣ ਨਹੀਂ ਆਉਣਾ ਮੈਂ ਕਰਾਂ ਟ੍ਰਾਈ ਓ ਨਹੀਂ ਆਉਣਾ ਚੱਲ ਆ ਗਿਆ ਵੀ ਫੇਲ ਪਾਸ ਫੇਲ ਪਾਸ ਆ ਲੇਡੀ ਬੀਟਲ ਬੀਟਲ ਬਗ ਲੇਡੀ ਬਰਡ ਆ ਪਰ ਕਿਹੜੀ ਆ ਪਤਾ ਨਹੀਂ ਵਾਹ ਬਿਊਟੀਫੁਲ ਨਾ ਟੱਚ ਕਰੋ ਜਾਂਦੀ ਆਸਟ੍ਰੇਲੀਆ ਹੈ ਅੱਛਾ ਕੁਝ ਵੀ ਹੋਦਾ ਤਾਂ ਕੋਈ ਪਬਲਿਕ ਯੂ ਨੇਵਰ ਨੋ ਚਲੋ ਜੀ ਹੋ ਗਿਆ ਜੀ ਆਪਾਂ ਲੰਗਰ ਛਕ ਲਿਆ ਬਹੁਤ ਵਧੀਆ ਲੱਗਿਆ ਨਾ ਬਹੁਤ ਜ਼ਿਆਦਾ ਸੋਹਣਾ ਲੱਗਿਆ ਅੱਜ ਤਾਂ ਡੇ ਰੂਟੀਨ ਹੋਰ ਪਾਉਣ ਲੱਗੀ ਸੀ ਘਰੇ ਪਕੌੜੇ ਦੀ ਪਰ ਬਾਬੇ ਨੂੰ ਹੋਰੇ ਮਨਜ਼ੂਰ ਸੀ ਹਾਂਜੀ ਹਾਂਜੀ ਅਸੀਂ ਉਹਨਾਂ ਨੂੰ ਬਹੁਤ ਵਧੀਆ ਉਪਰਾਲਾ ਕੀਤਾ ਉਹਨਾਂ ਨੇ ਹਾਂਜੀ ਬਹੁਤ ਜ਼ਿਆਦਾ ਸੋਹਣਾ ਕੀਤਾ ਉਹਨਾਂ ਨੇ ਸਾਨੂੰ ਲਾਸਟ ਮਿੰਟ ਲਾ ਕੇ ਦੱਸਿਆ ਉਹ ਕਹਿੰਦੇ ਜਿਵੇਂ ਪਹਿਲਾਂ ਪਹਿਲਾਂ ਦੱਸਿਆ ਹਜੀ ਜੀ ਕੁੰਦੀ ਮੈਂ ਕਿਹਾ ਵੀ ਪਰ ਹੁਣ ਤੁਸੀਂ ਨੰਬਰ ਲੈ ਲਿਓ ਪਹਿਲਾਂ ਤਾਂ ਦੱਸ ਕੇ ਅਸੀਂ ਨੈਕਸਟ ਟਾਈਮ ਜਿਹੜਾ 5 ਤਰੀਕ ਨੂੰ ਗੁਰਪੁਰਬ ਤੇ ਫੇਰ ਹੁਣ ਸਾਰੇ ਮਿਲ ਕੇ ਲੰਗਰ ਲਾਵਾਂਗੇ ਹਾਂਜੀ ਇਹ ਸਿਰਫ ਉਹ ਫੈਮਿਲੀ ਨੇ ਆਰਗੇਨਾਈਜ਼ ਕੀਤਾ ਸੀਗਾ ਨਾ ਤਾਂ ਬਗੈਰ ਪਲਾਨ ਕੀਤੇ ਇਨਸਪੀਰੇਸ਼ਨ ਮਿਲ ਜਾਂਦੀ ਆ ਸੋ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਗੁਰਪੁਰਬ ਤੇ ਉਹਨਾਂ ਨੇ ਜਿਹੜਾ ਲੰਗਰ ਲਾਇਆ ਸਾਰੇ ਕਾਫੀ ਜਿਹੜੀ ਕਮਿਊਨਿਟੀ ਇਕੱਠੀ ਹੋਈ ਸੀ ਅਰਦਾਸ ਕੀਤੀ ਚਲੋ ਬਾਅਦ ਦੇ ਵਿੱਚ ਹਾਂਜੀ ਬੱਚਿਆਂ ਨੂੰ ਵੀ ਪਤਾ ਲੱਗਿਆ ਤੇ ਹੁਣ ਅਸੀਂ ਬਸ ਚਲੋ ਇੱਥੇ ਬਣ ਗਿਆ ਹੁਣ ਵਲੌਗ ਅੱਜ ਦੀ ਡੇਲੀ ਰੂਟੀਨ ਸੰਡੇ ਨੂੰ ਨਾਰਮਲੀ ਜਿਹਨੇ ਕਿ ਚਾਹ ਪਕੌੜੇ ਵਗੈਰਾ ਤੇ ਹੁਣ ਜਾ ਕੇ
ਗਰਮੀ ਬਹੁਤ ਲੱਗਦਾ ਨਹੀਂ ਮੌਸਮ ਹਿਮਿਡ ਹੋਇਆ ਹੋਇਆ ਹਿਮਸ ਬਹੁਤ ਆ ਤੇ ਇੰਡੀਆ ਵਰਗੀ ਚ ਹੁਣ ਜਵਾਕ ਸਾਰੇ ਦਰਬਾਰ ਚ ਫੇਰ ਨਹਾਵਾਂਗੇ ਚਲੀ ਹੁਣ ਨਦਰ ਦੇਖੀ ਕੀ ਕਰਦਾ ਨਦਰ ਸਤਾ ਛੋਲੇ ਪੂਰੀਆਂ ਖੀਰ ਹਾਂਜੀ ਚਾਹ ਕੜਾ ਤੇ ਸਾਰਿਆਂ ਨੇ ਕਲਾਸ ਕੀਤੀ ਬੱਚਿਆਂ ਨੇ ਇੰਜੋਏ ਕੀਤਾ ਚਲੋ ਹਾਂਜੀ ਚਲੀਏ ਹਾਂ ਹਾਂਜੀ ਕੈਨ ਵੀ ਗੋ ਅਗੇਨ ਹਾਂਜੀ ਹਾਂਜੀ ਹਾਂ ਉਹ ਥੋੜਾ ਬਰੂਮ ਕਰਦੀ ਹੈ ਹਾਂਜੀ ਹਾਂਜੀ ਚਲੋ ਬਰੂਮ ਲਿਆਵਾ ਜੀ ਚੱਲ ਦਿਲ ਤੂੰ ਕਰੇਗਾ ਬਰੂਮ ਤੂੰ ਬਰੂਮ ਕਰੇਗਾ ਉੱਥੇ ਹੈਲਪ ਕਰਨੀ ਪੈਣੀ ਹੈ ਫਿਰ ਲੰਗਰ ਨਹੀਂ ਛੱਕਿਆ ਚੱਲ ਬਰੂਮ ਚੱਲ ਚੱਲ ਇੱਧਰ 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 ਚੱਲ ਭੱਜਣਾ ਨਹੀਂ ਬਰੂਮ ਕਰਨਾ ਆਪਾਂ ਲੈਟਸ ਗੋ ਯੈਸ 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 ਚਲੋ ਚਲੋ ਚਲੋ